ਫਿਰੋਜ਼ਪੁਰ ਵਿੱਚ ਅੱਜ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਫਿਰੋਜ਼ਪੁਰ ਸ਼ਹਿਰ ਦੇ ਸ਼ਾਂਤੀ ਨਗਰ ਦੇ ਨਾਲ ਲੱਗਦੀ ਕੁੱਡਾ ਕਲੋਨੀ ਦੇ ਵਿੱਚ ਇੱਕ ਪੁਰਾਣਾ ਹੈਂਡ ਗ੍ਰੇਨੇਡ ਬੰਬ ਮਿਲਿਆ। ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਹੈਂਡ ਗ੍ਰੇਨੇਡ ਨੂੰ ਆਪਣੇ ਕਬਜ਼ੇ 'ਚ ਲੈ ਲਿਆ। ਪੁਲਿਸ ਦਾ ਕਹਿਣਾ ਕਿ ਉਹ ਅਗਲੀ ਕਾਰਵਾਈ ਦੇ ਲਈ ਇਸ ਬੰਬ ਨੂੰ ਆਰਮੀ ਨੂੰ ਸੌਂਪ ਰਹੇ ਨੇ। ਬਿਲਕੁਲ ਜੀ, ਕਾਫੀ ਪੁਰਾਣਾ ਹੈ, ਜ਼ਰ ਲੱਗੀ ਹੋਈ ਹੈ ਤੇ ਪਿੰਨ ਵਗੈਰਾ ਨਿਕਲੀ ਹੋਈ ਹੈ। ਤੇ ਹੁਣ ਅਗਲੀ ਕਾਰਵਾਈ ਕੀ ਕੀਤੀ ਜਾਂਦੀ ਹੈ? ਆਰਮੀ ਨੂੰ ਅਸੀਂ ਲੈਟਰ ਲਿਖਤਾ, ਉਹ ਆਪੇ ਹੈਂਡਓਵਰ ਉਹਨਾਂ ਦੇ ਕਰਕੇ ਅੱਗੇ ਤੁਸੀਂ ਕਰ। ਦੱਸਿਆ ਜਾ ਰਿਹਾ ਕਿ ਪੁੱਡਾ ਕਲੋਨੀ ਦੇ ਵਿੱਚ ਅੱਜ ਸਵੇਰੇ ਝਾੜੀਆਂ ਦੀ ਸਫਾਈ ਹੋ ਰਹੀ ਸੀ, ਜਿਸ ਦੌਰਾਨ ਲੋਕਾਂ ਨੂੰ ਇਹ ਹੈਂਡ ਗ੍ਰੇਨੇਡ ਬੰਬ ਮਿਲਿਆ, ਜਿਸ ਨਾਲ ਇਲਾਕੇ ਵਿੱਚ ਦਹਿਸ਼ਤ ਫੈਲ ਗਈ। ਫਿਲਹਾਲ ਪੁਲਿਸ ਨੇ ਇਸ ਮਾਮਲੇ ਬਾਰੇ ਆਰਮੀ ਨੂੰ ਸੂਚਿਤ ਕਰ ਦਿੱਤਾ ਜੋ ਇਸ ਦੀ ਅਗਲੀ ਕਾਰਵਾਈ ਕਰਨਗੇ। ਫਿਰੋਜ਼ਪੁਰ ਤੋਂ ਅਕਸ਼ੇ ਗਲਹੋਤਰਾ ਦੀ ਰਿਪੋਰਟ।